ਅਸੀਂ ਮੈਕਸਿਮਮ ਮੰਗਾਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ, ਇੱਕ ਮੰਗ ਦਾ ਕੋਈ ਚੱਕਰ ਨਹੀਂ ਹੈਗਾ, ਉਹ ਤੇ ਰਾਜੀ ਕਰਨ ਸਾਨੂੰ ਇਹ, ਫਿਰ ਅਸੀਂ ਉੱਠ ਖੜਾ। ਜਿਹੜੇ ਜ਼ਮੀਨਾਂ ਕੁਆਇਰ ਹੋਈਆਂ ਉਹਨਾਂ ਦੀ ਮੰਗ ਆ, ਜਿਹੜੇ ਮੰਗਾਂ ਬੰਨਣ ਜਿੰਦਾਬਾਦ ਕਰ ਜਾਾਂਗੇ ਅੱਜ ਜਿੰਦਾਬਾਦ। ਕਿੱਥੇ ਹੁਣ ਜਾ ਰਹੀ ਹੈ ਮੀਟਿੰਗ ਹੈਗੀ? ਪੰਜਾਬ ਭਵਨ। ਕਿਹੜੀ ਕਿਹੜੀ ਮੰਗਾਂ ਰੱਖੋਗੇ ਸਭ ਤੋਂ ਪਹਿਲ ਤੇ ਆਧਾਰ ਤੇ? ਸਾਰੀਆਂ 13 ਮੰਗਾਂ ਭੇਜੀਆਂ ਹੋਈਆਂ ਨੇ ਅਸੀਂ, ਬਿਜਲੀ ਦੀ ਆ ਜਿਹੜੀ ਆ, ਪਾਣੀ ਦੀ ਮੁੱਦਾ, ਆਬਾਦਕਾਰਾਂ ਦਾ ਮੁੱਦਾ, ਜ਼ਮੀਨ ਜਿਹੜੀ ਆ ਕੁਆਇਰ ਹੋ ਰਹੀ ਹੈ ਉਹਨਾਂ ਦਾ ਮੁੱਦਾ, ਇਹ ਮੁੱਦੇ ਸਾਰੇ। ਜੇਕਰ ਕੁਝ ਮੰਗਾਂ ਸਰਕਾਰ ਮੰਨ ਲੈਂਦੀ ਹੈ ਫਿਰ ਮੋਰਚਾ ਸਮਾਪਤ ਕਰੋਗੇ ਤੇ ਸਾਰੀਆਂ ਮੰਗਾਂ ਪੂਰੀਆਂ ਕਰਕੇ? ਨਹੀਂ ਨਹੀਂ, ਅਸੀਂ ਮੈਕਸਿਮਮ ਮੰਗਾਂ ਜਿਹੜੀਆਂ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ, ਇੱਕ ਮੰਗ ਦਾ ਕੋਈ ਚੱਕਰ ਨਹੀਂ ਹੈਗਾ, ਉਹ ਤੇ ਰਾਜੀ ਕਰਨ ਸਾਨੂੰ ਇਹ, ਫਿਰ ਅਸੀਂ ਉੱਠ ਖੜਾ। ਜੇ ਵਾਲੀ ਮੰਗ ਆ ਕਣਕ ਦੇ ਵਾਲੀ, ਜਿਹੜੇ ਜ਼ਮੀਨਾਂ ਕੁਆਇਰ ਹੋਈ ਉਹਨਾਂ ਦੀ ਮੰਗ ਆ, ਜਿਹੜੇ ਜ਼ਮੀਨਾਂ ਤੋਂ ਬਾਅਦ ਕਰਨ ਉਠਾਇਆ ਜਾ ਰਿਹਾ ਉਹ। ਜੇਕਰ ਹੁਣ ਅੱਜ ਪ੍ਰਵਾਨਗੀ ਨਹੀਂ ਹੁੰਦੀ ਉੱਥੇ ਸਹਿਮਤੀ ਨਹੀਂ ਬਣਦੀ ਤਾਂ ਚੰਡੀਗੜ੍ਹ ਵੱਲ ਨੂੰ ਕੁਝ ਕਰੋਗੇ? ਅਖਬਾਰ ਸਾਹਿਬ, ਜੇਕਰ ਸਹਿਮਤੀ ਨਹੀਂ ਬਣਦੀ ਤਾਂ ਅੱਗੇ ਕੁਝ ਕਰੋਗੇ? ਹਾਂ ਕਰ। ਇਹ ਸਨ ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਸਰਕਾਰ ਦੇ ਨਾਲ ਮੀਟਿੰਗ ਦੇ ਲਈ ਜਾ ਰਹੇ ਨੇ। ਕਾਫਲਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਜਿਹੜੇ ਕਿਸਾਨ ਨੇ ਉਹ ਮੀਟਿੰਗ ਦੇ ਲਈ ਰਵਾਨਾ ਹੋ ਰਹੇ ਨੇ। ਤਮਾਮ ਲੀਡਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਪੰਜਾਬ ਵਾਲੀਆਂ ਜਥੇਬੰਦੀਆਂ ਨੇ, ਜਿਹਦੇ ਵਿੱਚ ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਅਤੇ ਅਧਿਕਾਰੀ ਨੇ ਜਿਹੜੇ ਕਿਸਾਨ ਲੀਡਰਾਂ ਨੂੰ ਛੈੜ 'ਤੇ ਜਿਹੜਾ ਲਿਜਾ ਕੇ ਗੱਲਬਾਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਅੱਜ। ਮੀਟਿੰਗ ਦੇ ਵਿੱਚ ਕੀ ਫੈਸਲੇ ਹੁੰਦੇ ਨੇ ਇਹ ਮੀਟਿੰਗ ਤੋਂ ਬਾਅਦ ਸਾਫ਼ ਹੋਵੇਗਾ। ਤੁਸੀਂ ਤਸਵੀਰਾਂ ਸਾਫ਼ ਦੇਖ ਦੋਗੇ, ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਸਿਰਸਾ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਮੋਹਾਲੀ ਦੀਆਂ ਨੇ, ਗੁਰਦੁਆਰਾ ਅੰਬ ਸਾਹਿਬ ਦੀਆਂ ਨੇ, ਜਿੱਥੇ ਥੋੜ੍ਹਾ ਜਿਹਾ ਸਮੇਂ ਪਹਿਲਾਂ ਇੱਕ ਹਾਲ ਦੇ ਵਿੱਚ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਇਹੀ ਫੈਸਲਾ ਹੋਇਆ ਕਿ ਸਰਕਾਰ ਦੇ ਨਾਲ ਅਸੀਂ ਮੀਟਿੰਗ ਲਈ ਜਾਵਾਂਗੇ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਾਂਗੇ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਅਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।